ਅੱਜ ਬਾਲਾਤਰ ਅਫਸਰਾਂ ਦੇ ਹੁਕਮ ਅਨੁਸਾਰ ਪੀ ਸੀ ਆਰ ਟੀਮ ਨੇ ਨਾਕਾ ਪ੍ਰੇਮਪੁਰਾ ਮਹੱਲਾ ਫਗਵਾੜਾ ਲਾਇਆ ਸੀਗਾ। ਉੱਥੋਂ ਮਹਿੰਦਰ ਸਿੰਘ ਅਤੇ ਤੀਰ ਸਿੰਘ ਨੇ ਫੋਨ ਕੀਤਾ ਵੀ ਇੱਕ ਜਿਹੜਾ ਨੌਜਵਾਨ ਆ ਉਹਦੇ ਕੋਲੋਂ ਪਿਸਟਲ ਬਰਾਮਦ ਹੋਇਆ, ਉਹਨੂੰ ਹੱਲਾ ਗੁੱਲਾ ਕੀਤਾ, ਮੁਲਾਜ਼ਮਾਂ ਦੇ ਗਲ ਪਿਆ, ਮਤਲਬ ਤੀਸੀ ਅਫਸਰ ਭੇਜਿਆ। ਉਹਦੇ ਕੋਲੋਂ ਇੱਕ ਪਿਸਟਲ, 6 ਜਿੰਦਾ ਰੌਂਦ, ਇੱਕ ਮੈਗਜ਼ੀਨ, ਕਾਲੇ ਸ਼ੀਸ਼ ਵਾਲੀ ਵੈਨਿਊ ਗੱਡੀ ਜਿਹਦਾ ਨੰਬਰ ਹੈਗਾ PB 36Z 2610, ਹੰਡਾਈ ਕੰਪਨੀ ਦੀ ਆ। ਸਰ ਵਿਅਕਤੀ ਦਾ ਕੁਛ ਪਤਾ ਚੱਲਣਾ ਕਿੱਥੇ ਦਾ ਰਹਿਣ ਵਾਲਾ? ਉਹ ਹੈਗਾ ਜੀ, ਉਹਦਾ ਨਾਂ ਹੈਗਾ ਸੰਨੀ ਸਨ ਆਫ ਸ਼੍ਰੀ ਸ਼ਿੰਦਾ ਵਾਸੀ ਹੈਗਾ ਜਗਿੰਦਰ ਨਗਰ। ਮੈਂ SI ਨਿਰਮਲ ਸਿੰਘ, ਥਾਣਾ ਸਿਟੀ ਫਗਵਾੜਾ ਤੈਨਾਤ ਆ। ਅੱਜ ਬਾਲਾਤਰ ਅਫਸਰਾਂ ਦੇ ਹੁਕਮ ਅਨੁਸਾਰ ਪੀ ਸੀ ਆਰ ਟੀਮ ਨੇ ਨਾਕਾ ਪ੍ਰੇਮਪੁਰਾ ਮਹੱਲਾ ਫਗਵਾੜਾ ਲਾਇਆ ਸੀਗਾ। ਉੱਥੋਂ ਮਹਿੰਦਰ ਸਿੰਘ ਅਤੇ ਤੀਰ ਸਿੰਘ ਨੇ ਫੋਨ ਕੀਤਾ ਵੀ ਇੱਕ ਜਿਹੜਾ ਨੌਜਵਾਨ ਆ ਉਹਦੇ ਕੋਲੋਂ ਪਿਸਟਲ ਬਰਾਮਦ ਹੋਇਆ, ਉਹਨੂੰ ਹੱਲਾ ਗੁੱਲਾ ਕੀਤਾ, ਮੁਲਾਜ਼ਮਾਂ ਦੇ ਗਲ ਪਿਆ, ਮਤਲਬ ਤੀਸੀ ਅਫਸਰ ਭੇਜਿਆ। ਉਹਦੇ ਕੋਲੋਂ ਇੱਕ ਪਿਸਟਲ, 6 ਜਿੰਦਾ ਰੌਂਦ, ਇੱਕ ਮੈਗਜ਼ੀਨ, ਕਾਲੇ ਸ਼ੀਸ਼ ਵਾਲੀ ਵੈਨਿਊ ਗੱਡੀ ਜਿਹਦਾ ਨੰਬਰ ਹੈਗਾ PB 36Z 2610, ਹੰਡਾਈ ਕੰਪਨੀ ਦੀ ਆ। ਸਰ ਵਿਅਕਤੀ ਦਾ ਕੁਛ ਪਤਾ ਚੱਲਣਾ ਕਿੱਥੇ ਦਾ ਰਹਿਣ ਵਾਲਾ? ਉਹ ਹੈਗਾ ਜੀ, ਉਹਦਾ ਨਾਂ ਹੈਗਾ ਸੰਨੀ ਸਨ ਆਫ ਸ਼੍ਰੀ ਸ਼ਿੰਦਾ ਵਾਸੀ ਹੈਗਾ ਜਗਿੰਦਰ ਨਗਰ, ਫਗਵਾੜਾ ਦਾ। ਅਤੇ ਸਰ ਕੀ ਕਾਰਵਾਈ ਵਗੈਰਾ ਕਰੇ? ਮੁਤਾਬਕ ਰੂਲ ਜੋ ਵੀ ਧਾਰਾ ਬਣਦੀ ਹੋਊਗੀ, ਉਹਨੂੰ ਮੁਲਾਜ਼ਮ ਹੱਥੀਂ ਪਿਆ, ਉਹਨਾਂ ਨੇ ਹੱਲਾ ਗੁੱਲਾ ਕੀਤਾ, ਸੱਟ ਲੱਗੀ ਆ ਮੁਲਾਜ਼ਮ ਦੇ, ਉਹਦੀ ਵਰਦੀ ਪਾਲੀ ਆ, ਜਿਹੜੀ ਵੀ ਧਾਰਾ ਬਣਦੀ ਹੋਊਗੀ, ਕੋਈ ਗਰੇਜ ਨਹੀਂ ਕੀਤਾ। ਜਿਹੜੇ ਮੁਲਾਜ਼ਮ ਉਹਨਾਂ ਇਨਾਮ ਵਗੈਰਾ ਵਿਅਕਤੀ ਕੀ ਹੈ ਜੀ? ਬਿਲਕੁਲ ਉਹ ਉੱਚ ਅਫਸਰਾਂ ਨੂੰ ਧਿਆਨ 'ਚ ਲਿਆਂਦਾ ਜਾਊਗਾ, ਉਹਨੇ ਸਿਫਾਰਿਸ਼ ਕਰਕੇ ਭੇਜੀ ਹੋਊਗੀ। ਅਤੇ ਨਾਮ ਵਗੈਰਾ ਹੈ ਜੀ ਜਿਹੜੇ ਜਿਹੜੇ ਮੁਲਾਜ਼ਮ? ਬਿਲਕੁਲ ਜੀ, ਰਿਕਮੈਂਡੇਸ਼ਨ ਕਰਾਂਗੇ ਉਹਨਾਂ ਵਾਸਤੇ ਜੀ, ਪੀ ਸੀ ਆਰ ਟੀਮ ਵਾਸਤੇ ਜੀ। ਉਹਨਾਂ ਦੇ ਨਾਂ ਕੀ ਹੈ ਜਿਹੜੇ ਆਪਣੇ ਵਿਅਕਤੀ ਮੁਲਾਜ਼ਮਾਂ ਦੇ ਨਾਂ ਕੀ ਹੈ ਜਿਹਨਾਂ ਦਾ? ਉਹ ਮਹਿੰਦਰ ਸਿੰਘ ਨੇ ਪੀ ਸੀ ਆਰ ਟੀਮ ਦੇ ਵਿੱਚ, ਤੀਰਤ ਸਿੰਘ ਨੇ, ਜੀਵਨ ਸਿੰਘ। ਅਤੇ ਨਾਕਾ ਸਰ ਕਿੱਥੇ, ਕਿਹੜੇ ਦਰਾਂ ਲਾਇਆ? ਇਹ ਨਾਕਾ ਸੀਗਾ ਜੀ ਪ੍ਰੇਮ ਨਗਰ ਫਗਵਾੜਾ ਰੋਡ 'ਤੇ ਜੀ, ਜਗ੍ਹਾ ਬਦਲ ਬਦਲ ਕੇ ਨਾਕੇ ਲੱਗਦੇ ਆ ਬਾਲਾਤਰ ਅਫਸਰ ਦੇ ਹੁਕਮ ਸਾਹਿਬ।